ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਠੀਕ ਠਾਕ ਹੋ ਜੀ? ਅਤੇ ਬਾਈ ਅੱਜ ਆਪਾਂ ਬਣਾਉਣ ਲੱਗੇ ਹਾਂ ਡਬਲ ਐਫ ਜੀ ਮੁਰਗਿਆਂ ਦੀ ਵੀਡੀਓ। ਅਤੇ ਆਪਾਂ ਨੇ ਬਣਾਈ ਸੀਗੀ ਪਹਿਲਾਂ ਜਦੋਂ ਸੀਗੇ ਉਹ 34 ਦਿਨ ਦੇ ਹੋ ਗਏ ਸੀਗੇ, ਅਤੇ ਅੱਜ ਬਾਈ ਹੋ ਗਏ ਉਹ 47 ਦਿਨ ਦੇ, ਪੂਰੇ 47 ਦਿਨ ਦੇ ਹੋ ਗਏ। ਅਤੇ ਵੀਡੀਓ ਆਪਾਂ ਲਗਾਤਾਰ ਬਾਈ ਇਸ ਕਰਕੇ ਨਹੀਂ ਬਣਾ ਰਹੇ ਕਿਉਂਕਿ ਕੰਮ ਹੁਣ ਆਪਣਾ ਦਾਣਾ ਪਾਉਣ ਦਾ, ਅਤੇ ਬਾਕੀ ਆਪਾਂ ਮਲਟੀ ਵਿਟਾਮਿਨ ਅਤੇ ਕੈਲਸ਼ੀਅਮ ਪਾਉਣ ਦਾ, ਇੰਨਾ ਕੁ ਕੰਮ ਹੈ। ਹੋਰ ਆਪਾਂ ਨੇ ਹੋਰ ਕੁਛ ਨਹੀਂ ਕਰਨਾ, ਇਹਨਾਂ ਨੂੰ ਸਿਰਫ ਇਹ ਦੋਹੇ ਕੰਮ ਕਰਨੇ ਇਹਨਾਂ ਦੇ। ਦੇਖ ਲਓ ਬਾਈ ਸਾਰੇ ਡਰ ਹੋ ਗਏ ਹੈ ਨਾ। 3 ਦਿਨ ਦਾ ਬਾਈ ਇਹਨਾਂ ਦਾ ਹੁਣ ਚੱਲ, 3 ਦਿਨ ਤੋਂ ਚੱਲ ਰਿਹਾ ਹੈ ਮਲਟੀ ਵਿਟਾਮਿਨ ਚੱਲ ਰਿਹਾ ਹੈ। ਜਿਹੜਾ ਮਲਟੀ ਵਿਟਾਮਿਨ ਅਤੇ ਕੈਲਸ਼ੀਅਮ ਹੈ ਇਹ ਆਪਾਂ ਨੇ ਮਹੀਨੇ 'ਚ 7 ਤੋਂ 8 ਵਾਰ ਪਾਉਣਾ ਹੁੰਦਾ। ਇਹ ਤੁਸੀਂ ਬਾਈ ਆਪਣੇ ਹਿਸਾਬ ਨਾਲ ਪਾ ਲਿਆ ਕਰੋ, ਕਿਉਂਕਿ ਮੈਂ ਉਹਦੀਆਂ ਵੀਡੀਓ ਤਾਂ ਅਪਲੋਡ ਨਹੀਂ ਕਰ ਰਿਹਾ ਵੀ ਅੱਜ ਮੈਂ ਕੈਲਸ਼ੀਅਮ ਪਾ ਰਿਹਾ ਜਾਂ ਅੱਜ ਮਲਟੀ ਵਿਟਾਮਿਨ ਪਾ ਰਿਹਾ। ਉਹ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣੇ ਮਹੀਨੇ 'ਚ 7 ਤੋਂ 8 ਵਾਰ ਦੋਨੇ, ਕੈਲਸ਼ੀਅਮ ਅਤੇ ਮਲਟੀ ਵਿਟਾਮਿਨ ਵੀ। ਅਤੇ ਬਾਈ ਇਹਨਾਂ 'ਚੋਂ ਮਰਿਆ ਫਿਲਹਾਲ ਕੋਈ ਨਹੀਂ ਹੈਗਾ, ਸਾਰੇ ਠੀਕ ਆ। ਅਤੇ ਬਾਕੀ ਖੰਭ ਚੈੱਕ ਕਰ ਸਕਦੇ ਤੁਸੀਂ, ਕਿਸੇ ਨੇ ਵੀ ਇੱਕ ਦੂਜੇ ਦੇ ਖੰਭ ਨਹੀਂ ਖਾਧੇ ਹੋਏ, ਦੇਖ ਲਓ ਸਾਰਿਆਂ ਦੇ ਖੰਭ ਐਨ ਓਕੇ ਆ। ਇਹ ਬਾਈ ਕੈਲਸ਼ੀਅਮ ਪਾਉਣ ਕਰਕੇ ਹੁੰਦਾ, ਜੇ ਕੈਲਸ਼ੀਅਮ ਆਪਾਂ ਨਹੀਂ ਪਾਉਂਗੇ ਤਾਂ ਇੱਕ ਦੂਜੇ ਦੇ ਬਾਈ ਖੰਭ ਖਾਣ ਲੱਗ ਜਾਂਦੇ ਆ। ਅਤੇ ਆਹ ਚਿੱਟੇ ਦੇਖ ਲਓ ਬਾਈ ਕਿੰਨੇ ਵਧੀਆ ਲੱਗਦੇ ਆ, ਡਬਲ ਐਫ ਜੀ ਦਾ ਬਾਈ ਮੈਨੂੰ ਚਿੱਟਾ ਮੁਰਗਾ ਤਾਂ ਮਿਲ ਰਿਹਾ ਬਹੁਤ ਟਾਈਮ ਤੋਂ। ਅਤੇ ਆਪਣੇ ਕੋਲ ਜਿੱਦਾਂ ਹੁਣ ਇਹ ਆ, ਇਹ 'ਚ ਵੀ ਨਾ ਕਾਲੇ ਖੰਭ ਹੈ, ਪਿਓਰ ਚਿੱਟਾ ਨਹੀਂ ਮਿਲਿਆ। ਜਿੱਦਾਂ ਹੁਣ ਉਹ ਆ, ਇੱਕ ਉਹ ਇਹ ਆ ਮੁਰਗਾ, ਇੱਕ ਬਿਲਕੁਲ ਚਿੱਟਾ ਹੈਗਾ ਇੱਥੇ ਹੀ ਘੁੰਮਦਾ ਸੀਗਾ, ਇੱਕ ਇਹ ਆ ਬਾਈ। ਇਹਨਾਂ 'ਚ ਤਾਂ ਮੁਰਗਾ ਨਿਕਲ ਜਾ ਆਵੇ ਨਾ ਇਕੱਲੇ ਬਣ ਜਾਵੇ, ਹੋਰ ਤਾਂ ਬਥੇਰੇ ਮਿਲ ਜਾਂਦੇ ਪਰ ਡਬਲ ਐਫ ਜੀ ਬਰੀਡ ਦਾ ਨਹੀਂ ਮਿਲਦਾ ਹੈਗਾ। ਚਲੋ ਦੇਖਦੇ ਇਹਨਾਂ ਦਾ ਹੁਣ, ਤੀਜੇ ਮਹੀਨੇ 'ਚ ਪਤਾ ਲੱਗੂਗਾ ਜਾ ਕੇ। ਇਹਨਾਂ ਨੂੰ ਆਦਤ ਹੈ, ਜ਼ਿਆਦਾ ਮੈਂ ਆ ਗਿਆ ਫਾਰਮ ਵਿੱਚ, ਮੈਂ ਇਹਨਾਂ ਨੇ ਬਾਂਗਾਂ ਦੇਣ 'ਤੇ ਨਹੀਂ ਹਟਣਾ ਹੈਗਾ ਦੋਨਾਂ ਨੇ, ਉਹਨੇ ਹਟਣਾ ਇੰਨੇ ਲੱਗ ਜਾਣਾ, ਇਹਨੇ ਹਟਣਾ ਉਹਨੇ ਲੱਗ ਜਾਣਾ, ਆਹ ਕੰਮ ਇਹਨਾਂ ਦਾ। ਬਸ ਕਰੋ ਹੁਣ, ਹੈਂ ਹੁਣ ਦੇਖੀ ਨੀ ਇਹਨੇ ਦੇਣ ਲੱਗ ਜਾਣਾ, ਦੇਖਿਆ ਹੁਣ ਉਹਨੇ ਦਊਗਾ ਉਹ ਦਊਗਾ ਹੁਣ। ਚੱਲ ਇੱਕ ਦੂਜੇ ਦੇ ਅੜ ਵਿੱਚ ਬਸ ਇਹਨੇ ਬਾਂਗਾਂ ਦੇਈ ਜਾਣੀ, ਹੁਣ ਇਹ ਦਊਗਾ। ਅਤੇ ਬਾਕੀ ਬਾਈ ਜਿਹੜੇ ਡਬਲ ਐਫ ਜੀ ਬਰੀਡ ਆ ਨਾ, ਇਹਨਾਂ ਦੇ ਜਿਹੜੇ ਮੁਰਗੇ ਹੁੰਦੇ ਆ ਉਹਨਾਂ ਦੇ ਕਲਰ ਬਹੁਤ ਵਧੀਆ ਹੁੰਦੇ ਸਾਰਿਆਂ ਦੇ, ਆਹ ਦੇਖ ਲਓ ਕਿੰਨੇ ਵਧੀਆ ਵਧੀਆ ਹੈ ਨਾ ਕਲਰ ਆ। ਬਾਕੀ ਚਲੋ ਹੁਣ ਬੜੇ ਹੋ ਲੈਣ ਦਿਓ, ਅਤੇ ਫਿਰ ਇਹਨਾਂ 'ਚ ਨਾ ਵਧੀਆ ਵਧੀਆ ਮੁਰਗੇ ਔਰ ਮੁਰਗੀਆਂ ਛਾਂਟ ਕੇ ਰੱਖਾਂਗੇ, ਗਾਹਾਂ ਨੂੰ ਬਰੀਡ ਤਿਆਰ ਕਰਾਵਾਂਗੇ। ਬਸ ਕਰੋ ਹੁਣ, ਅਤੇ ਕੱਲ੍ਹ ਬਾਈ ਲਾਸਟ ਦਿਨ ਆ ਆਪਣਾ ਮਲਟੀ ਵਿਟਾਮਿਨ ਦਾ, ਅਤੇ ਇੱਕ ਦਿਨ ਰੈਸਟ ਪਾ ਕੇ ਫਿਰ ਆਪਾਂ ਕੈਲਸ਼ੀਅਮ ਸ਼ੁਰੂ ਕਰਾਂਗੇ। ਅਤੇ ਬਾਕੀ ਮੈਂ ਇਲੈਕਟ੍ਰੋਲਾਈਟ ਪਾਊਡਰ ਹੀ ਪਾਈ ਜਾਂਦਾ, ਗਰਮੀ 'ਤੇ ਵਧੀਆ ਰਹਿੰਦਾ ਉਹ ਵੀ ਚੱਲੀ ਜਾਂਦਾ ਨਾਲ ਨਾਲ, ਅਤੇ ਛਿਲਕਾ ਆਪਾਂ ਨੇ ਥੋੜ੍ਹਾ ਜਿਹਾ ਪਾ ਦਿੱਤਾ ਸੀਗਾ। ਜਿਹੜਾ ਮਲਟੀ ਵਿਟਾਮਿਨ ਆ ਉਹ ਆਪਾਂ ਟੈਂਕੀ ਵਿੱਚ ਪਾ ਦਿੰਦੇ ਹਾਂ, ਅਤੇ ਮੈਨੂਅਲ ਡਰਿੰਕ ਫਿਰ ਆਪਾਂ ਰੱਖੀ ਦੇਣੀ ਹੈਗੀ। ਕਈ ਵਾਰ ਨਾ ਆਪਾਂ ਬਾਹਰ ਹੁੰਦੇ ਹਾਂ ਅਤੇ ਫਿਰ ਪਾਣੀ ਪਾਉਣਾ ਭੁੱਲ ਜਾਂਦੇ, ਫਿਰ ਗਰਮੀ ਵਿੱਚ ਬਾਈ ਔਖਾ ਹੋ ਜਾਂਦਾ ਇਹਨਾਂ ਦਾ। ਅਤੇ ਮਲਟੀ ਵਿਟਾਮਿਨ ਬਾਈ ਆਪਾਂ ਉਹੀ ਵਰਤ ਰਹੇ ਹਾਂ ਟੂਟਾ ਬਿੱਟ ਦਾ, ਤੁਸੀਂ ਪਹਿਲੀ ਵੀਡੀਓ 'ਚ ਵੀ ਦੇਖਿਆ ਹੋਣਾ, ਅਤੇ ਉਹੀ ਚੱਲ ਰਿਹਾ ਆਪਣਾ। ਕਿ ਹੁਣ ਕਰਦੇ ਜੀ ਵੀਡੀਓ ਨੂੰ ਬੰਦ, ਅਤੇ ਹੁਣ ਫਿਰ ਕਿਸੇ ਦਿਨ ਬਣਾਵਾਂਗੇ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ। ਧੰਨਵਾਦ ਜੀ।